ਖੇਤੀਬਾੜੀ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ ਕਿਸਾਨਾਂ ਨੂੰ ਸਾਉਣ ਦੀਆਂ ਫਸਲਾਂ ਅਤੇ ਫਸਲੀ ਵਿਭਿੰਨਤਾ ਸੰਬੰਧੀ ਜਾਣਕਾਰੀ ਦੇਣ ਦੇ ਮਕਸਦ ਨਾਲ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਦੀ ਅਗਵਾਈ ਡਿਪਟੀ ਸਪੀਕਰ ਪੰਜਾਬ ਅਜੈਬ ਸਿੰਘ ਭੱਟੀ ਵੱਲੋਂ ਕੀਤੀ ਗਈ। ਅੱਜ ਦਾ ਜਿਹੜਾ ਜ਼ਿਲ੍ਹਾ ਪੱਧਰ ਦਾ ਜਿਹੜਾ ਕਿਸਾਨ ਸਿਖਲਾਈ ਕੈਂਪ ਹੈ, ਇਸ ਦਾ ਮੁੱਖ ਉਦੇਸ਼ ਜਿਹੜਾ ਝੋਨੇ ਦੀ ਪਰਾਲੀ ਜਾਂ ਕਣਕ ਦੇ ਨਾੜ ਨੂੰ ਜਿਹੜਾ ਅੱਗ ਤੋਂ ਬਚਾਉਣਾ ਹੈ, ਜਿਹੜਾ ਵਾਤਾਵਰਨ ਪਲੀਤ ਹੋਣ ਤੋਂ ਕਿਸ ਤਰ੍ਹਾਂ ਬਚਾਉਣਾ ਹੈ, ਉਹ ਹੀ ਆਪਾਂ ਜਿਹੜਾ ਨਾਰਾ ਲੈ ਕੇ ਜਿਹੜਾ ਸੰਦੇਸ਼ ਆ ਉਹ ਕਿਸਾਨ ਵੀਰਾਂ ਨੂੰ ਵੱਲੋਂ ਇਹਨਾਂ ਦੇ ਰਾਹੀਂ ਕਿਸਾਨ ਮੇਲੇ ਦੇ ਰੂਪ ਦੇ ਵਿੱਚ ਆਪਾਂ ਸਾਰਿਆਂ ਨੂੰ ਘਰ ਘਰ ਪਹੁੰਚਾਉਣਾ ਹੈ ਕਿ ਜਿਹੜਾ ਵਾਤਾਵਰਨ ਆ ਬਹੁਤ ਹੀ ਜ਼ਿਆਦਾ ਪਲੀਤ ਹੋ ਰਿਹਾ, ਇਹਨੂੰ ਆਪਾਂ ਕਿਸੇ ਤਰ੍ਹਾਂ ਗੰਦਲਾ ਹੋਣ ਤੋਂ ਜਿਹੜਾ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਹੈ, ਇਹ ਮੇਨ ਉਦੇਸ਼ ਨੂੰ ਲੈ ਕੇ ਹੀ ਜਿਹੜਾ ਆਪਾਂ ਸਾਰੇ ਲੋਕਾਂ ਨੂੰ ਜਿਹੜੀ ਸਾਉਣੀ ਦੀਆਂ ਫਸਲਾਂ ਦੀ ਨਵੀਨਤਮ ਜਾਣਕਾਰੀ ਦੇ ਨਾਲ ਨਾਲ ਜਿਹੜਾ ਇਹ ਆਪਣਾ ਨਾਰਾ ਹੈ ਵੀ ਜੋ ਝੋਨੇ ਦੀ ਪਰਾਲੀ ਔਰ ਕਣਕ ਦੇ ਨਾੜ ਨੂੰ ਜਿਹੜਾ ਅੱਗ ਲਾ ਕੇ ਬਿਲਕੁਲ ਨਹੀਂ ਸਾੜਨੀ, ਤਾਂ ਕਿ ਜਿਹੜਾ ਇਹਦੇ ਨਾਲ ਜ਼ਮੀਨ ਦੀ ਜਿਹੜੀ ਹੈ ਉਪਜਾਊ ਸ਼ਕਤੀ ਹੈ ਉਹ ਵੀ ਬਰਕਰਾਰ ਰਹੇ, ਔਰ ਜਿਹੜੇ ਕੁਦਰਤੀ ਜਿਹੜੇ ਜੀਵ ਜੰਤੂ ਹੈ ਮਿੱਤਰ ਕੀੜੇ ਵਗੈਰਾ ਉਹਨਾਂ ਦਾ ਵੀ ਜਿਹੜਾ ਬਚਾਅ ਹੋ ਸਕੇ।